ਓਏ ਕੀ ਗੱਲ ਹੋ ਗਈ ਸੁੱਖਿਆ, ਜਮੇ ਢਿੱਲਾ ਜਿਹਾ ਹੋਇਆ ਬੈਠਾ। ਓਏ ਤੈਨੂੰ ਕੀ ਦੱਸਾਂ, ਬਾਪੂ ਨੇ ਸਾਲੇ ਨੇ ਜਮੇ ਖਰਚਾ ਪਾਣੀ ਬੰਦ ਕਰਤਾ, ਮੇਰਾ ਤਾਂ ਸਰੀਰ ਅੱਜ ਬਾਹਲਾ ਔਖਾ। ਓਏ ਜਿਹੜਾ ਤੈਨੂੰ ਪਰਸੋਂ ਦੇ ਕੇ ਗਿਆ ਸੀ ਪਾਈਆ ਸਮਾਨ, ਉਹ ਕਿੱਥੇ ਗਿਆ? ਉਹ ਤੂੰ ਬਸ ਕਰ ਸਾਲਿਆ, ਉਹ ਤਾਂ ਪਰਸੋਂ ਹੀ ਮੁੱਕ ਗਿਆ ਸੀ, ਪਾਈਆ ਨਾਲ ਕੀ ਬਣਦਾ ਇੱਥੇ? ਬਈ ਨਾ ਨਾ ਬਈ ਜੀਤੇ, ਇਹ ਤਾਂ ਬੜਾ ਸਮਾਨ ਖਾਂਦਾ, ਇਹਦਾ ਨੀ ਸਾਲਾ ਖਰਚਾ ਪਾਣੀ ਪੂਰਾ ਹੋਣਾ ਕਿਸੇ ਪਾਸਿਓ। ਓਏ ਨਾ ਨਾ ਸਾਲਿਓ, ਮੇਰਾ ਜੁਗਾੜ ਕਰੋ ਕਿਸੇ ਪਾਸਿਓ, ਮੇਰਾ ਸਰੀਰ ਬਹੁਤ ਔਖਾ, ਮਨ ਵਾਲਾ ਕੰਮ ਹੋਇਆ ਪਿਆ। ਓ ਇੱਕ ਤਾਂ ਸਾਲਾ ਸਮਾਨ ਖਾਂਦਾ ਬਹੁਤ, ਨਹੀਂ ਤਾਂ ਥੋੜਾ ਮੋਟਾ ਕਿਸੇ ਤੋਂ ਫੜ ਕੇ ਲਿਆ ਦਿੰਦੇ, ਜੇ ਗੋਲੀ ਗਾਲੀ ਦਾ ਕਹੇ ਤਾਂ ਕੋਈ ਹੀਲਾ ਕਰ ਦਿੰਦਾ। ਓਏ ਲਿਆ ਸਾਲਿਆ, ਗੋਲੀ ਗਾਲੀ ਦੇ ਕੋਈ ਹੀਲਾ ਕਰ ਲਾ, ਨਾਲੇ ਇੱਕ ਅੱਧੀ ਗੋਲੀ ਨਾਲ ਨੀ ਚੱਲਣਾ ਕੰਮ, 8-10 ਗੋਲੀਆਂ ਲਿਆ ਫੇਰ ਸਾਲਾ ਸਰੀਰ ਉੱਟੂ ਭੋਰਾ। ਓ ਚੰਨੀ, ਦੇਖਤਾ ਤੇਰੇ ਕੋਲ ਕਿੰਨੇ ਕੁ ਪੈਸੇ ਆ ਜੇਬ ਚ? 40 ਰੁਪਈਏ ਤਾਂ ਚੱਲ ਮੇਰੇ ਕੋਲ ਹੈਗੇ, ਇਹਦਾ ਸਾਲੇ ਦਾ ਕਰ ਦੀਏ ਕੋਈ ਜੁਗਾੜ। ਓ ਮੇਰੇ ਕੋਲ ਤਾਂ 25 ਰੁਪਈਏ ਨੇ। ਓ ਸਾਲਿਓ ਮਲੰਗੋ, 65 ਰੁਪਈਆਂ ਚ ਤੁਹਾਨੂੰ ਕੋਈ ਸੁਣ ਸੁਣਾ ਨਾ ਦੇ ਦੇਵੇ, ਸਾਲਿਓ ਇਹਦੇ ਨਾਲ ਤਾਂ 4 ਗੋਲੀਆਂ ਵੀ ਪੂਰੀਆਂ ਨੀ ਆਉਣੀਆਂ। ਨਾ ਤੂੰ ਸਾਲਿਆ ਸਾਨੂੰ ਮਲੰਗ ਦੱਸਦਾ, ਤੂੰ ਸਾਲਿਆ ਮੋਦੀ ਦਾ ਜਮਾਈ ਆ। ਓ ਚੱਲ ਕੋਈ ਗੱਲ ਨੀ ਸਾਲਿਆ, ਮੈਂ ਤਾਂ ਮਜ਼ਾਕ ਕਰਦਾ ਸੀ, ਉਈ ਗੁੱਸਾ ਕਰ ਜਾਨਾ। ਓ ਚੱਲ ਤੂੰ ਛੱਡ ਹੁਣ, ਦੱਸ ਵੀ ਕੀ ਜੁਗਾੜ ਲਾਈਏ। ਓਏ ਜੁਗਾੜ ਤਾਂ ਮੇਰੇ ਕੋਲ ਹੈਗਾ ਦਿਮਾਗ ਚ, ਧਿਆਨ ਨਾਲ ਮੇਰੀ ਗੱਲ ਸੁਣ ਸਾਲਿਆ, ਤੇਰੀ ਭੈਣ ਕੋਲ ਜਾ ਕਰੇ, ਉਹਨੂੰ ਕਹਿ ਜੀਜੇ ਵਾਲੇ ਸਾਈਕਲ ਦਾ ਟਾਇਰ ਪਾੜ ਗਿਆ ਕਿ 500 ਰੁਪਈਆ ਦੇ ਦੇ। ਓ ਨਾਲੇ ਸਾਲਿਆ ਟਾਇਰ ਪਰਸੋਂ ਪਾੜਿਆ ਸੀ। ਓਏ ਆਹੋ, ਉਹਨੂੰ ਕਹਿ ਪਰਸੋਂ ਤਾਂ ਮੂਰਲਾ ਪਾੜਿਆ ਸੀ ਕਿ ਅੱਜ ਸਾਲੀ ਪਿਛਲੀ ਨਾਲ ਟਿਊਬ ਵੀ ਪਾੜ ਗਈ। Subscribe now and press the bell icon. Never miss an update.